ਹੈਲੋ ਗਾਈਜ਼, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਅਸੀਂ ਚੱਲੇ ਸੀਗੇ ਪੋਰਟਸ ਡੈਮ, ਅਤੇ ਤੁਹਾਨੂੰ ਦਿਖਾਉਂਦੇ ਹਾਂ ਇਸ ਵਲੋਗ 'ਚ ਆ ਜਾਓ ਫਿਰ। ਅਤੇ ਫਾਈਨਲੀ ਅਸੀਂ ਪਹੁੰਚ ਗਏ ਪੋਰਟਸ ਡੈਮ। ਇਹ ਪੋਰਟਸ ਡੈਮ ਐਕਚੁਅਲੀ ਬਰਲਿਨ ਦਾ ਸੀ ਜ਼ੋਨ ਹੈ। ਬਰਲਿਨ ਡਿਵਾਈਡਿਡ ਹੈਗਾ ਹੈ ਪਾਰਟਸ 'ਚ, ਏ ਜ਼ੋਨ, ਬੀ ਜ਼ੋਨ, ਸੀ ਜ਼ੋਨ, ਅਤੇ ਸੀ ਜ਼ੋਨ 'ਚ ਪੈਂਦਾ ਹੈ। ਮੇਰੇ ਘਰ ਤੋਂ ਮੈਨੂੰ ਬਸ 1 ਘੰਟਾ ਲੱਗਿਆ ਇੱਥੇ ਆਉਣ ਨੂੰ। ਪੋਰਟਸ ਡੈਮ ਵਧੀਆ ਇਲਾਕਾ ਹੈ ਇਹ ਬਰਲਿਨ ਦਾ, ਤੁਹਾਨੂੰ ਦਿਖਾਉਂਦੇ ਹਾਂ ਅੱਜ ਇਸ ਵਲੋਗ 'ਚ ਪੋਰਟਸ ਡੈਮ 'ਚ ਕੀ ਕੁਛ ਹੈਗਾ। ਆ ਜਾਓ ਫਿਰ ਕਰੀਏ ਵਲੋਗ ਨੂੰ ਸਟਾਰਟ। ਅੱਜ ਦਿਨ ਹੈਗਾ ਹੈ ਜੀ ਐਤਵਾਰ ਦਾ, ਅਤੇ ਟਾਈਮ ਹੋਇਆ ਹੈ 5 ਵਜੇ ਨੇ ਸ਼ਾਮ ਦੇ। ਅਤੇ ਜਿੱਦਾਂ ਹਮੇਸ਼ਾ ਕੀ ਤਰ੍ਹਾਂ ਐਤਵਾਰ ਨੂੰ ਜਰਮਨ ਟੋਟਲੀ ਸ਼ਟਡਾਊਨ ਹੁੰਦਾ ਹੈ, ਪਰ ਸਾਨੂੰ ਛੁੱਟੀ ਸੀਗੀ ਅੱਜ, ਅਤੇ ਆਪਾਂ ਨਿਕਲ ਪਏ ਘੁੰਮਣ ਨੂੰ। ਘਰ ਬਹਿ ਕੇ ਬੋਰ ਹੀ ਹੋਣਾ ਸੀ। ਇਹ ਹੈਗਾ ਜੀ ਗਾਰਡਨ, ਇਹ ਮਿਊਜ਼ੀਅਮ ਦੇ ਸਾਹਮਣੇ ਹੀ ਹੈਗਾ ਗਾਰਡਨ, ਮਿਊਜ਼ੀਅਮ ਵੀ ਦਿਖਾਉਣਾ ਸਾਨੂੰ। ਆਹ ਦੇਖੋ ਇੱਦਾਂ ਫੁੱਲ ਬੜੇ ਘੈਂਟ ਲੱਗੇ ਹੋਏ ਸੀ ਯਾਰ, ਕੁਛ ਡਿਜ਼ਾਈਨ ਬਣਾਇਆ ਹੋਇਆ ਸੀ ਇਹਨਾਂ ਨੇ। ਆਹ ਸਾਈਨ ਦਾ ਮਤਲਬ ਹੈ ਜੀ ਕਾਈਨ ਏ ਫਾਰ ਆਰਡ, ਮਤਲਬ ਕਿ ਤੁਸੀਂ ਸਾਈਕਲ ਨਹੀਂ ਲੈ ਕੇ ਆ ਸਕਦੇ ਇੱਧਰ, ਸਿਰਫ ਵੋਕ ਕਰ ਸਕਦੇ ਹੋ ਇੱਧਰ। ਡਸਟਬਿਨ, ਸਫਾਈ ਦੇਖੋ ਤੁਸੀਂ, ਆਹ ਚੀਜ਼ ਵਧੀਆ ਹੈ ਯਾਰ ਜਰਮਨ ਦੀ ਨਾ, ਕਿ ਸਫਾਈ ਨੂੰ ਪ੍ਰੋਪਰ ਮੈਂਟੇਨ ਕਰਕੇ ਰੱਖਦੇ ਨੇ ਇਹ ਲੋਕ, ਅਤੇ ਐਵੇਂ ਕੂੜਾ ਨਹੀਂ ਸਿੱਟਦੇ ਇੱਧਰ ਉੱਧਰ। ਜੇ ਕਿਸੇ ਦੇ ਕੋਲ ਕੁਛ ਹੈਗਾ ਹੈ ਕਾਗਜ਼ ਵਗੈਰਾ, ਉਹ ਪ੍ਰੋਪਰ ਉੱਦਾਂ ਡਸਟਬਿਨ 'ਚ ਪਾਉਂਦਾ ਹੈ, ਐਵੇਂ ਸਿੱਟਦੇ ਨਹੀਂ। ਦੇਖੋ ਇਹਦੇ ਵਿੱਚ ਅੱਗੇ ਬੋਟਾਨੀਕਲ ਗਾਰਡਨ ਵੀ ਹੈ, ਘੈਂਟ ਸੀ, ਘੈਂਟ ਗੱਲਬਾਤ। ਇਹ ਚੈਰੀ ਬਲੋਸਮ, ਇਹਦਾ ਵੀ ਮੈਂ ਇੱਕ ਤੁਹਾਨੂੰ ਅਲੱਗ ਤੋਂ ਵਲੋਗ ਦਿਖਾਵਾਂਗਾ। ਅੱਜ ਜਾਣਾ ਸੀ ਉੱਥੇ, ਪਰ ਗੱਲ ਇਹ ਵਿੱਚੋਂ ਆਈ ਉੱਥੇ ਹਲੇ ਖਿੜੇ ਹੀ ਨਹੀਂ ਫੁੱਲ, ਅਤੇ ਉਹ ਕਹਿੰਦੇ ਹਲੇ ਅਪ੍ਰੈਲ ਦੇ 20 ਜਾਂ 21 ਅਪ੍ਰੈਲ ਤੱਕ ਹੋਣਗੇ ਫੁੱਲ ਖਿੜਨੇ ਸਟਾਰਟ। ਸਟਾਰਟ ਹੋ ਗਏ ਸੀ ਬਟ ਹਲੇ ਦਰਖਤ ਹੈ ਨਹੀਂ ਸੀ ਵਧੀਆ। ਆਹ ਦੇਖੋ, ਤੁਹਾਨੂੰ ਉਹਲਾ ਵਲੋਗ ਜ਼ਰੂਰ ਵੇਖਿਓ ਤੁਸੀਂ ਮੇਰਾ, ਚੈਰੀ ਬਲੋਸਮ ਵਾਲਾ, ਉਹ ਐਂਡ ਕਰ ਐਂਡ। ਚੈਰੀ ਬਲੋਸਮ ਵਾਲੀ ਵੀ ਇੱਥੇ ਸਟੋਰੀ ਹੈ, ਉਹ ਤੁਹਾਨੂੰ ਮੈਂ ਜਦੋਂ ਇਹਦੇ 'ਤੇ ਪ੍ਰੋਪਰ ਵਲੋਗ ਬਣਾਵਾਂਗਾ ਉਦੋਂ ਦੱਸਦਾ ਕੀ ਸਟੋਰੀ ਹੈ ਚੈਰੀ ਬਲੋਸਮ ਦੀ। ਇਹ ਹੈਗਾ ਜੀ ਇੱਧਰ ਬੋਟਾਨੀਕਲ ਗਾਰਡਨ, ਅਤੇ ਸਾਹਮਣੇ ਨਹਿਰ ਆ ਗਈ, ਲੋਕ ਫਿਸ਼ਿੰਗ ਕਰਦੇ ਸੀ ਇੱਥੇ। ਆਹ ਦੇਖੋ ਲੱਗੇ ਨਜ਼ਾਰੇ ਲੈ ਰਹੇ ਹੈ। ਅੱਜ ਮੌਸਮ ਗਰਮ ਸੀਗਾ, 26 ਡਿਗਰੀ ਟੈਂਪਰੇਚਰ ਸੀਗਾ ਅੱਜ, ਇਸ ਕਰਕੇ ਇਹ ਸਾਰੀ ਲਾਈਨ 'ਤੇ ਨਾ ਉੱਥੇ ਫਿਸ਼ਿੰਗ ਵਾਲੇ ਸੀਗੇ। ਬਾਕੀ ਵੀਡੀਓ ਨੂੰ ਯਾਰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਮੇਰਾ ਵੀਰ, ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਵਧਣਾ ਹੈ। ਤੁਹਾਡੀ ਸਪੋਰਟ ਬੜੀ ਜ਼ਰੂਰੀ ਆ। ਬਾਕੀ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ, ਥੈਂਕ ਯੂ ਤੁਹਾਡਾ ਯਾਰ। ਚਲੋ ਚਲੀਏ ਹੁਣ ਆਪਾਂ ਅੱਗੇ ਨੂੰ, ਦੂਜੇ ਪਾਸੇ ਚੱਲਦੇ ਹਾਂ, ਮਿਊਜ਼ੀਅਮ ਵਾਲੀ ਸਾਈਡ। ਸਾਈਕਲ ਸਟੈਂਡ, ਤੁਸੀਂ ਆਹ ਵੇਖੋ, ਯੂਰੋਪ 'ਚ ਨਾ ਮੋਸਟਲੀ ਜਿੰਨਾ ਵੀ ਮੈਂ ਹਾਲੇ ਤੱਕ ਯੂਰੋਪ ਘੁੰਮਿਆ ਹੈ, ਇਹ ਸਾਈਕਲ ਕਲਚਰ ਨੂੰ ਨਾ ਬੜੀ ਪ੍ਰੈਫਰੈਂਸ ਦਿੰਦੇ ਹੈ।
ਜੇ ਗੱਲ ਕਰੀਏ ਆਪਾਂ ਆਟੋ ਦੀ, ਮਤਲਬ ਗੱਡੀਆਂ ਦੀ, ਇੱਥੇ ਜਰਮਨ 'ਚ ਗੱਡੀ ਨੂੰ ਆਟੋ ਕਹਿੰਦੇ ਆ, ਅਤੇ ਸਾਈਕਲ ਨੂੰ ਇਹ ਬੜੀ ਪ੍ਰੈਫਰੈਂਸ ਦਿੰਦੇ ਨੇ। ਵਧੀਆ ਗੱਲ ਵੀ ਹੈ, ਜੋ ਕਿ ਬੰਦਾ ਫਿੱਟ ਰਹਿੰਦਾ ਹੈ ਅਤੇ ਸਹੀ ਹੈ ਕੰਮ। ਆਹ ਦੇਖੋ ਕਿੰਨਾ ਘੈਂਟ ਲੱਗ ਰਿਹਾ ਸੀ ਯਾਰ ਇੱਥੋਂ, ਇੱਥੇ ਬੈਠਣ ਦਾ ਬੜਾ ਨਜ਼ਾਰਾ ਸੀ। ਸਾਹਮਣੇ ਮਿਊਜ਼ੀਅਮ, ਮਿਊਜ਼ੀਅਮ ਬਾਰਬੇਰੀਨੀ ਕੁਛ ਇਹਨਾਂ ਦੇ ਨਾਮ ਬੜੇ ਯਾਰ ਉਹ ਨੇ। ਆਹ ਕੋਈ ਫੌਜੀ ਬੰਦਾ ਲੱਗਾ ਸੀ ਫਿਸ਼ਿੰਗ ਕਰਨ, ਜਰਮਨ ਆਰਮੀ। ਹਾਂ ਅਤੇ ਮੈਂ ਕਹਿ ਰਿਹਾ ਸੀ ਨਾਮ ਇਹ ਜਰਮਨ ਨਾਮ ਥੋੜ੍ਹੇ ਨਾ ਪ੍ਰੋਨੰਸੀਏਸ਼ਨ ਹੀ ਨਹੀਂ ਹੁੰਦੇ, ਉਹ ਪਤਾ ਨਹੀਂ ਜੀਭ ਮੂੜੇ ਜਾਂਦੀ ਆ ਉਹ 'ਚ। ਚਲੋ ਆ ਜਾਓ ਫਿਰ ਅੱਗੇ ਨੂੰ। ਜਰਮਨ 'ਚ ਹਲੇ ਵੀ ਨਾ ਦੇਖੋ, ਤੁਹਾਨੂੰ ਦਿਖਾਉਂਦਾ ਸਾਹਮਣੇ ਸ਼ੋਪ ਹੈ ਇਹ ਸਾਈਡ 'ਚ ਆਈਸਕ੍ਰੀਮ ਦੀ। ਇਹ ਵੀ ਕਲਚਰ ਇਹਨਾਂ ਦਾ ਇੱਥੇ ਕੁਛ ਆਈਸਕ੍ਰੀਮ ਇੱਦਾਂ ਸ਼ੋਪ ਵਗੈਰਾ ਬੜੀ ਘੈਂਟ ਬਣਾਈ ਹੁੰਦੀ ਹੈ ਯਾਰ ਸ਼ੋਪ ਇਹ। ਆਹ ਦੇਖੋ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਯੂਰੋਪ 'ਚ ਸਾਈਕਲ ਕਲਚਰ। ਆਹ ਦੇਖੋ ਕੋਈ ਬੀਬੀ ਵਿਚਾਰੀ ਸਾਈਕਲ 'ਤੇ ਚਲੀ ਜਾਂਦੀ ਹੈ। ਵਧੀਆ ਗੱਲ ਹੈ ਯਾਰ, ਫਿੱਟ ਰਹਿੰਦੇ ਨੇ ਇਹ ਬੰਦੇ। ਜੇ ਆਪਾਂ ਇੰਡੀਆ ਨਾਲ ਕੰਪੇਅਰ ਕਰੀਏ ਤਾਂ ਇੰਡੀਆ 'ਚ ਨਹੀਂ ਹੈਗਾ ਹਾਲੇ ਇੰਨਾ ਸਾਈਕਲ ਕਲਚਰ। ਮੋਸਟਲੀ ਬੰਦੇ ਉਹੀ ਸਕੂਟਰ ਜਾਂ ਮੋਟਰਸਾਈਕਲ 'ਤੇ ਹੀ ਘੁੰਮਦੇ ਨੇ, ਗੇੜੀਆਂ ਗੁੜੀਆਂ ਲਾਉਣਾ ਪ੍ਰੈਫਰੈਂਸ ਕਰਦੇ ਨੇ। ਇਹ ਲੋਕਾਂ ਦਾ ਮਾਇੰਡ ਸੈਟ ਟੋਟਲੀ ਡਿਫਰੈਂਟ ਹੈ ਯਾਰ। ਵਧੀਆ ਹੈ ਜੋ ਕਿ ਇਹਨਾਂ ਕੋਲ ਗੱਡੀਆਂ ਵੀ, ਐਂ ਨਹੀਂ ਕਿ ਇਹਨਾਂ ਕੋਲ ਗੱਡੀਆਂ ਨਹੀਂ ਹੈਗੀਆਂ, ਗੱਡੀਆਂ ਇਹਨਾਂ ਕੋਲ ਵੀ ਹੈ, ਬਟ ਉਹ ਹੈ ਕਿ ਸਾਈਕਲ ਨੂੰ ਪ੍ਰੈਫਰੈਂਸ ਦਿੰਦੇ ਨੇ ਅਗਲੇ। ਅਤੇ ਦੂਜੀ ਗੱਲ ਇੱਧਰ ਦਾ ਪਬਲਿਕ ਟਰਾਂਸਪੋਰਟ, ਉਹ ਐਡਾ ਘੈਂਟ ਹੈ ਨਾ ਪਬਲਿਕ ਟਰਾਂਸਪੋਰਟ ਕਿ ਇਹ ਹਰ ਇੱਕ ਛੋਟੇ ਛੋਟੇ ਪਿੰਡ ਨੂੰ ਵੀ ਕਨੈਕਟ ਕਰਦੇ ਨੇ। ਜਿੱਦਾਂ ਕਿ ਜਿੱਥੇ ਟ੍ਰੇਨਾਂ ਨਹੀਂ ਜਾ ਸਕਦੀਆਂ ਉੱਥੇ ਟਰੈਮਾਂ ਚੱਲਦੀਆਂ ਨੇ ਅਤੇ ਬੱਸਾਂ ਚੱਲਦੀਆਂ ਨੇ, ਉਹ ਬੜੀ ਘੈਂਟ ਸਿਸਟਮ ਹੈ। ਚਲੋ ਫਿਰ ਆ ਜਾਓ ਬਲੋਕ 'ਚ। ਇਹ ਸਾਹਮਣੇ ਹੈਗੀ ਹੈ ਚਰਚ ਜਿਹਦਾ ਕਿ ਨਾਮ ਹੈ ਸੇਂਟ ਨਿਕੋਲਾਸ ਚਰਚ ਪੋਟਸਡੈਮ, ਇੱਦਾਂ ਦੇ ਏਰੀਆ ਹੈ। ਕੰਸਟਰਕਸ਼ਨ ਇੱਥੇ ਹਰ ਥਾਂ 'ਤੇ ਹੀ ਹੈ, ਕੁਛ ਨਾ ਕੁਛ ਲੱਗੀ ਰਹਿੰਦੇ ਆ ਇਹ। ਇਹ ਹੈਗਾ ਜੀ ਸਾਹਮਣੇ ਸਿਟੀ ਪੈਲਸ, ਇਹ ਕੁਛ ਇੱਦਾਂ ਦਾ ਦਿਖਦਾ ਹੈ। ਟੈਂਪਰੇਰੀ ਕਲੋਜ਼ ਸੀਗਾ ਹਲੇ। ਇੱਥੇ ਲੱਗਾ ਹੈ ਸੀ ਮੇਲਾ, ਹੈ ਛੋਟਾ ਹੀ ਸੀਗਾ ਪਰ ਵਧੀਆ ਸੀ। ਆਹ ਦੇਖੋ ਵੱਡਾ ਪੰਗੂੜਾ ਲੱਗਾ ਇੱਧਰ,
ਚਲੋ ਫਿਰ ਤੁਹਾਨੂੰ ਕਰਾਉਣੀ ਦਿੱਲੀ ਦੀ ਸੈਰ। ਮੇਰਾ ਬਣਿਆ ਬੱਚਿਆਂ ਲਈ, ਬੱਚਿਆਂ ਲਈ ਸੀ। ਸਾਹਮਣੇ ਵੀਲ ਜੇ ਬੜੇ ਤੇਜ਼ ਘੁੰਮਦੇ ਆ, ਦੇਖਣ ਨੂੰ ਲੱਗਦੇ ਆ ਕਿ ਕੁਛ ਨਹੀਂ ਹੈ ਪਰ ਘੁੰਮਦੇ ਬੜੀ ਫਾਸਟ ਨੇ।
ਹਾਂਜੀ ਫਿਰ ਗਾਈਜ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਹੈ ਬਲੌਗ। ਲਾਸਟ 'ਚ ਬਸ ਆਪਾਂ ਹੁਣ ਇਹ ਇੱਥੇ ਸੀਗੀ ਕਿਸ਼ਤੀ ਜਿਹੀ, ਪਰ ਮੈਨੂੰ ਐਡੀ ਖਾਸ ਨਹੀਂ ਲੱਗੀ ਕੁਛ ਆਹ, ਇਸ ਕਰਕੇ ਅਸੀਂ ਆਹ ਤੁਹਾਨੂੰ ਰੇਟ ਦਿਖਾ ਦਿੰਦਾ ਮੈਂ, ਆਹ ਰੇਟ ਲਿਖੇ ਆ ਇੱਧਰ। ਪਰ ਅਸੀਂ ਇੱਥੇ ਕੋਈ ਰਾਈਡ ਨਹੀਂ ਲਈ, ਅਸੀਂ ਕਿਹਾ ਛੱਡੋ ਇੱਥੇ, ਪੈਸਾ ਵੇਸਟ ਕਰਨ ਨਾਲੋਂ ਵਧੀਆ ਹੈ ਕਿ ਬੰਦਾ ਆਪਣੀ ਬੋਟ ਰੈਂਟ 'ਤੇ ਲੈ ਲਵੇ ਅਤੇ ਉਹ 'ਚ ਘੁੰਮੇ। ਉਹ ਵਾਲਾ ਵਲੌਗ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ। ਚਲੋ ਹੁਣ ਲੱਗੀ ਹੈ ਥੋੜ੍ਹੀ ਬਹੁਤੀ ਭੁੱਖ, ਚਲੋ ਖਾਂਦੇ ਹਾਂ ਕੁਛ ਹੁਣ। ਅਤੇ ਫਾਈਨਲੀ ਅਸੀਂ ਆ ਗਏ ਇੱਥੇ ਡੋਨਰ ਸ਼ੋਪ, ਜਰਮਨ 'ਚ ਦੇਖੋ ਐਵੇਂ ਡੋਨਰ ਸ਼ੋਪਾਂ ਨੇ ਤੁਰਕੀਆਂ ਜੀ। ਚਲੋ ਫਿਰ ਮਿੱਤਰੋ ਇੱਦਾਂ ਵਲੌਗ ਇੱਥੇ ਹੀ ਕਰਦੇ ਆਪਾਂ ਐਂਡ, ਚਲੀਏ ਹੁਣ ਘਰ ਨੂੰ। ਓਕੇ ਫਿਰ ਤੁਹਾਨੂੰ ਮਿਲਦੇ ਹਾਂ ਹੁਣ ਨੈਕਸਟ ਵਲੌਗ 'ਚ, ਬਾਏ ਬਾਏ।